ਅਦਾਲਤ ਨੇ ਬੱਚਿਆਂ ਦੀ ਇੱਕ ਸੀਨੀਅਰ ਜੱਜ ਨੂੰ ਸ਼ਾਂਤੀ ਦਾ ਕੇਸ ਸੁਣਨ ਤੇ ਮੁਕਰਰ ਕੀਤਾ, ਜਿੱਥੇ ਪੇਸ਼ੀ ਵਾਲੇ ਦਿਨ ਮੈਂ ਸ਼ਾਂਤੀ ਨੂੰ ਲੈ ਕੇ ਪਹੁੰਚਿਆ। ਸ਼ਾਂਤੀ ਦੇ ਚਿਹਰੇ ਤੋਂ ਪਰੇਸ਼ਾਨੀ ਸਾਫ਼ ਨਜ਼ਰ ਆਉਂਦੀ ਸੀ ਅਤੇ ਅਦਾਲਤ ਵਿੱਚ ਦਾਖਲ ਹੋਣ ਲਈ ਜਦੋਂ ਪੁਲਿਸ ਨੇ ਸ਼ਾਂਤੀ ਦੀ ਤਲਾਸ਼ੀ ਲਈ ਤਾਂ ਉਹ ਰੋ ਹੀ ਪਿਆ। ਸਕੂਲ ਸਰਟੀਫਿਕੇਟ ਤੇ ਤਾਰੀਖ ਤੇ ਹੈ ਪਰ ਫੋਟੋ ਕੋਈ ਨਹੀਂ। ਤੇਰੇ ਕੋਲ ਸ਼ਨਾਖਤ ਵਾਲੀ ਕੋਈ ਹੋਰ ਚੀਜ਼ ਹੈ, ਮਸਲਨ ਸ਼ਨਾਖਤੀ ਕਾਰਡ, ਕੋਈ ਹੋਰ ਕਾਗਜ਼ ਜਾਂ ਪਾਸਪੋਰਟ? ਇਹ ਤੇ ਬੜਾ ਵੱਡਾ ਮਸਲਾ ਹੈ। ਤੇਰੀ ਸ਼ਨਾਖਤ ਦਾ ਕੋਈ ਨਾ ਕੋਈ ਸਬੂਤ ਤੇ ਹੋਰ ਹੋਣਾ ਚਾਹੀਦਾ। ਸਕੂਲ ਦਾ ਸਰਟੀਫਿਕੇਟ ਤੇ ਤੇਰੀ ਸ਼ਨਾਖਤ ਸਾਬਤ ਕਰਨ ਲਈ ਕਾਫੀ ਨਹੀਂ। ਤੇਰਾ ਬਰਥ ਸਰਟੀਫਿਕੇਟ, ਤੇਰੇ ਮਾਂ ਬਾਪ ਦਾ ਪਤਾ, ਇਹ ਸਾਰੇ ਕਾਗਜ਼ ਲੱਭਣ ਦਾ ਕੋਈ ਨਾ ਕੋਈ ਜ਼ਰੀਆ ਤੇ ਹੋਣਾ ਚਾਹੀਦਾ। ਤੇਰਾ ਅਬੂ ਸਰਕਾਰੀ ਮੁਲਾਜ਼ਮ ਹੈ? ਇਹ ਤਾਂ ਹੈਰਾਨੀ ਵਾਲੀ ਗੱਲ ਹੈ ਕਿ ਇੱਕ ਸਰਕਾਰੀ ਮੁਲਾਜ਼ਮ ਨੇ ਆਪਣੇ ਬੱਚੇ ਦੇ ਜਨਮ ਤਾਰੀਖ ਦੇ ਕਾਗਜ਼ਾਂ ਬਾਰੇ ਕੁਝ ਵੀ ਨਹੀਂ ਸੋਚਿਆ। ਹੁਣ ਕਿਉਂ ਰੋਣਾ ਹੈ? ਜਦੋਂ ਵੀ ਇਹਦੇ ਘਰ ਵਾਲਿਆਂ ਦੀ ਗੱਲ ਕਰੀਏ ਇਹ ਰੋਣ ਲੱਗ ਪੈਂਦਾ। ਦੋ ਘੰਟੇ ਜਾਰੀ ਰਹਿਣ ਵਾਲੀ ਇਸ ਪੇਸ਼ੀ ਦੇ ਦੌਰਾਨ ਜੱਜ ਨੇ ਸ਼ਾਂਤੀ ਨੂੰ ਕਈ ਸਵਾਲ ਪੁੱਛੇ ਅਤੇ ਇਸ ਨਤੀਜੇ 'ਤੇ ਪਹੁੰਚਣ ਦੀ ਕੋਸ਼ਿਸ਼ ਕੀਤੀ ਕਿ ਬੱਚੇ ਨੂੰ ਫਰਾਂਸ ਭੇਜਣ ਦਾ ਫੈਸਲਾ ਕਿਸਨੇ ਕੀਤਾ। ਸ਼ਾਂਤੀ ਕਹਿੰਦਾ ਰਿਹਾ ਕਿ ਇਹ ਉਸਦੀ ਵੀ ਖਾਹਿਸ਼ ਸੀ, ਪਰ ਸਾਫ਼ ਨਜ਼ਰ ਆਉਂਦਾ ਸੀ ਕਿ ਉਹ ਇਹ ਗੱਲ ਘਰ ਵਾਲਿਆਂ ਨੂੰ ਕਿਸੇ ਇਲਜ਼ਾਮ ਤੋਂ ਬਚਾਉਣ ਲਈ ਕਰ ਰਿਹਾ ਸੀ। ਜੇ ਉਹ ਇਹ ਕਹੇ ਕਿ ਇਹ ਫੈਸਲਾ ਘਰ ਵਾਲਿਆਂ ਦਾ ਸੀ ਤਾਂ ਘਰ ਵਾਲੇ ਬੁਰੇ ਬਣਦੇ ਨੇ। ਜੇ ਉਹ ਇਹ ਕਹੇ ਕਿ ਇਹ ਫੈਸਲਾ ਉਹਦਾ ਆਪਣਾ ਸੀ ਤਾਂ ਜੱਜ ਪੁੱਛਦੀ ਹੈ ਕਿ ਹੁਣ ਕਿਉਂ ਰੋਣਾ ਹੈ। ਹਕੀਕਤ ਇਹੀ ਨਜ਼ਰ ਆਉਂਦੀ ਸੀ ਕਿ ਸ਼ਾਂਤੀ ਨੂੰ ਉਹਦੇ ਘਰ ਵਾਲਿਆਂ ਨੇ ਐਡੀ ਛੋਟੀ ਉਮਰ ਵਿੱਚ ਕਮਾਈ ਕਰਨ ਲਈ ਫਰਾਂਸ ਭੇਜਿਆ, ਔਰ ਉਹਨਾਂ ਨੇ ਇਸ ਚੀਜ਼ ਦਾ ਖਿਆਲ ਨਹੀਂ ਕੀਤਾ ਕਿ ਉਹ ਬੱਚਾ ਜਿਹੜਾ ਕਦੀ ਘਰੋਂ ਬਾਹਰ ਨਹੀਂ ਰਿਹਾ ਇੱਕ ਦੂਜੇ ਦੇਸ਼ ਵਿੱਚ ਜਾ ਕੇ ਘਰ ਤੋਂ ਦੂਰ ਕਿਸ ਤਰ੍ਹਾਂ ਰਹੇਗਾ। ਉਸ ਦੇਸ਼ ਵਿੱਚ ਜਿੱਥੇ ਦੀ ਨਾ ਉਹਨੂੰ ਜ਼ੁਬਾਨ ਆਉਂਦੀ ਹੈ, ਨਾ ਉੱਥੇ ਦੇ ਰਸਮੋ ਰਿਵਾਜ ਦਾ ਪਤਾ ਹੈ, ਉਹ ਬੁਰੇ ਲੋਕਾਂ ਦੇ ਹੱਥ 'ਤੇ ਨਹੀਂ ਚੜ ਜਾਏਗਾ। ਆਖਿਰ ਵਿੱਚ ਜੱਜ ਨੇ ਇਹ ਫੈਸਲਾ ਕੀਤਾ ਕਿ ਸ਼ਾਂਤੀ ਦੇ ਘਰ ਵਾਲਿਆਂ ਦਾ ਸ਼ਾਂਤੀ ਨੂੰ ਫਰਾਂਸ ਭੇਜਣ ਦਾ ਫੈਸਲਾ ਗਲਤ ਸੀ, ਔਰ ਸ਼ਾਂਤੀ ਦੀ ਸਾਰੀ ਤਕਲੀਫਾਂ ਦੀ ਜ਼ਿੰਮੇਦਾਰੀ ਉਹਦੇ ਘਰ ਵਾਲਿਆਂ 'ਤੇ ਐਦ ਹੁੰਦੀ ਹੈ। ਸ਼ਾਂਤੀ ਦੇ ਘਰ ਵਾਲਿਆਂ ਦੇ ਹਾਲਾਤ ਜਾਣਨ ਲਈ ਅਤੇ ਸ਼ਾਂਤੀ ਦੀ ਹਾਲਤ ਬਾਰੇ ਉਹਨਾਂ ਨੂੰ ਦੱਸਣ ਲਈ ਮੈਂ ਪੈਰਿਸ ਤੋਂ ਪੰਜਾਬ ਦਾ ਸਫ਼ਰ ਕੀਤਾ ਅਤੇ ਸ਼ਾਂਤੀ ਦੇ ਪਿੰਡ ਪਹੁੰਚ ਕੇ ਉਹਦੇ ਮਾਂ ਬਾਪ ਅਤੇ ਰਿਸ਼ਤੇਦਾਰਾਂ ਨਾਲ ਗੱਲਬਾਤ ਕੀਤੀ। ਸ਼ਾਂਤੀ ਦੀ ਹਾਲਤ ਬਾਰੇ ਸੁਣ ਕੇ ਸ਼ਾਂਤੀ ਦੀ ਮਾਂ ਦੀ ਪਰੇਸ਼ਾਨੀ ਉਹਦੇ ਚਿਹਰੇ 'ਤੇ ਸਾਫ਼ ਨਜ਼ਰ ਆਉਂਦੀ ਸੀ, ਪਰ ਸ਼ਾਂਤੀ ਦੀ ਤਾਈ, ਦਾਦੀ ਅਤੇ ਦੂਜੇ ਰਿਸ਼ਤੇਦਾਰ ਇਸ ਗੱਲ ਨੂੰ ਜ਼ਿਆਦਾ ਮਹਿਸੂਸ ਨਹੀਂ ਸੀ ਕਰ ਰਹੇ। ਉਹਨਾਂ ਦਾ ਇਹੀ ਖਿਆਲ ਸੀ ਕਿ ਸ਼ਾਂਤੀ ਉੱਥੇ ਹੀ ਰਹੇ, ਕਮਾਈ ਕਰੇ ਔਰ ਕਰਜ਼ਾ ਲਾਵੇ। ਸ਼ਾਂਤੀ ਦੀ ਤਸਵੀਰ ਨੂੰ ਦੇਖ ਕੇ ਸ਼ਾਂਤੀ ਦੀ ਮਾਂ ਦੀਆਂ ਅੱਖਾਂ 'ਚ ਆਉਣ ਵਾਲੇ ਅੱਥਰੂ ਇਹ ਗੱਲ ਦੱਸ ਰਹੇ ਸੀ ਕਿ ਮਾਂ ਦੀ ਮਮਤਾ ਬੱਚੇ ਨੂੰ ਆਪਣੇ ਕੋਲ ਵੇਖਣਾ ਚਾਹੁੰਦੀ ਏ, ਪਰ ਦੂਜੇ ਪਾਸੇ ਕਰਜ਼ੇ 'ਤੇ ਚੁੱਕੀ ਹੋਈ ਰਕਮ ਵੀ ਸੀ ਜਿਹੜੀ ਸ਼ਾਂਤੀ ਨੇ ਕਮਾਈ ਕਰਕੇ ਹੀ ਲਾਣੀ ਸੀ। ਜਿੱਥੇ ਕੋਈ ਨਾ ਟੀਵਾ ਬੱਲੇ ਦੀ ਮਾਏ ਅਸੀਂ ਕਿਉਂਕਿ ਮੈਨੂੰ ਜਿਹੜੀ ਨਾ ਸਾਡਾ ਕੰਮ ਆ ਸਾਰਾ ਦਿਨ ਬੱਚੇ ਸਾਡੇ ਕੋਲ ਆਉਂਦੇ, ਉਹਨਾਂ ਨੂੰ ਅਸੀਂ ਪੜ੍ਹਾਉਣਾ, ਉਹਨਾਂ ਦੀ ਕੇਅਰ ਕਰਨੀ, ਸਾਰਾ ਕੁਛ ਮੈਂ ਜਿਹੜਾ ਉਹਨੂੰ ਦੇਖਦਾ ਨਾ ਤਾਂ ਮੈਨੂੰ ਇਹ ਹੈ, ਮੈਂ ਉਹਨੂੰ ਕਹਿੰਦਾ ਕਿ ਤੂੰ ਦੂਸਰਾ ਇੱਥੇ ਤੈਨੂੰ ਇੰਨਾ ਹੀ ਤੰਗੀ ਹੈ, ਤੈਨੂੰ ਜ਼ਿਹਨੀ ਤੌਰ 'ਤੇ ਤੈਨੂੰ ਕੁਛ ਹੋ ਜਾਵੇ, ਤੇਰਾ ਜ਼ਿਹਨ ਖਰਾਬ ਹੋ ਜਾਵੇ, ਕੀ ਫਾਇਦਾ ਇਹੋ ਜਿਹੇ ਪੈਸੇ ਲਾਏ ਦਾ, ਕੀ ਫਾਇਦਾ ਇਹੋ ਜਿਹੇ ਸਾਰੇ ਕਮਾਈਆਂ ਕੀਤੀ ਦਾ ਜਾਂ ਕੋਈ ਗਾਂਹ ਸੋਚੇ ਦਾ, ਤਾਂ ਤੂੰ ਮੈਂ ਤੇਰੇ ਘਰਦਿਆਂ ਨਾਲ ਗੱਲ ਕਰਦਾ ਵੀ ਜੇ ਤੂੰ ਮੁੜ ਕੇ ਜਾਣਾ ਤੇ ਤੇਰੇ ਘਰਦਿਆਂ ਦੀ ਮਰਜ਼ੀ ਹੋਵੇ, ਤੇਰੀ ਮਰਜ਼ੀ ਹੋਵੇ। ਉਹ ਕਹਿੰਦਾ ਆਹੋ, ਕਹਿੰਦਾ ਹੁਣ ਵੀ ਤਕਰੀਬਨ ਉਹਦੀ ਉੱਦਾਂ ਹੀ ਹਾਲਤ ਆ। ਇੱਕ ਦਿਨ ਉਹ ਕਹਿੰਦਾ ਹੁੰਦਾ ਹਾਲਤ ਤੋਂ ਇਹ ਆ ਵੀ ਇੱਕ ਦਿਨ ਕਹਿੰਦਾ ਠੀਕ ਆ ਮੈਂ ਪੜੂੰਗਾ ਪੜੂੰਗਾ, ਦੂਜੇ ਦਿਨ ਕਹਿੰਦਾ ਮੈਂ ਕਿੱਥੇ ਆ ਕੇ ਫਸ ਗਿਆ, ਤੀਜੇ ਦਿਨ ਫਿਰ ਕਹਿੰਦਾ ਪੜੂੰਗਾ, ਚੌਥੇ ਦਿਨ ਕਹਿੰਦਾ ਕਿੱਥੇ ਫਸਾ ਦਿੱਤਾ ਮੈਨੂੰ, ਮੈਂ ਗਲਤ ਕੀਤਾ ਜਿਹੜਾ ਮੈਂ ਕਿਹਾ ਘਰਦਿਆਂ ਨੂੰ। ਮੈਨੂੰ ਇਹ ਤੁਸੀਂ ਦੱਸੋ ਵੀ ਉਹਨੇ ਤੁਹਾਨੂੰ ਕਿਹਾ ਜਾਂ ਤੁਸੀਂ ਕਿਹਾ ਕਿ ਬਈ ਮੈਨੂੰ, ਉਹਨੇ ਕਹਿੰਦਾ ਸੀ ਬਈ ਮੈਨੂੰ ਬਾਹਰ ਭੇਜ ਦਿਓ ਜਾਂ ਤੁਸੀਂ ਉਹਦੇ ਬਾਰੇ ਸੋਚਿਆ ਬਈ ਮੈਨੂੰ ਬਾਹਰ ਭੇਜ, ਤਾਂ ਫਿਰ ਤੁਸੀਂ ਕੀ ਕਹਿੰਦੇ? ਜਾਏਗਾ ਉਧਰ ਜਾ ਕੇ ਪੜ੍ਹੇਗਾ, ਇਹਦੀ ਜ਼ਿੰਦਗੀ ਉਧਰ ਬਣ ਸਕੇ।
ਉਧਰੋਂ ਆਪਣੇ ਗਏ ਬੰਦੇ ਉਹਨਾਂ ਨੂੰ ਪਤਾ ਲੱਗਦਾ ਜਾਂ ਇਧਰੋਂ ਏਜੰਟ ਜੁੰਟ ਇੱਦਾਂ ਦੱਸਦੇ ਵੀ ਛੋਟੇ ਨੂੰ ਭੇਜੋ ਬਹੁਤੀ ਉਮਰ ਵਾਲੇ ਨੂੰ ਨਾ ਭੇਜੋ ਵੀ ਇੱਥੋਂ ਦੇ ਏਜੰਟ ਜੁੰਟ ਜਿਹੜੇ ਭੇਜਣ ਵਾਲੇ ਦੱਸਦੇ ਜਿਵੇਂ ਲੋਕ ਨੇ ਆਪਸ ਵਿੱਚ ਗੱਲਾਂ ਕਰਦੇ ਨੇ ਬੱਚੇ ਜਾਂਦੇ ਪਏ ਨੇ ਛੋਟੇ ਬੱਚੇ ਜਾਂਦੇ ਨੇ ਇਹਨਾਂ ਦੀ ਗੇਮ ਚੱਲਦੀ ਪਈ ਹੈ ਇਹ ਨਾ ਪੜ੍ਹਾਈ ਦੇ ਫੇਸ 'ਚ ਜਾਣ ਅਤੇ ਇਹ ਨਾ ਉੱਧਰ ਇਹਨਾਂ ਦਾ ਵੀ ਪੱਕੇ ਹੋਣ ਦਾ ਸਾਧਨ ਹੋ ਜਾਂਦਾ ਅਤੇ ਹੁਣ ਆਪਾਂ ਵੱਡੇ ਭੇਜਦੇ ਹਾਂ ਕਈ ਕਈ ਦਿਨ ਦੇ ਪੱਕੇ ਨਹੀਂ ਹੁੰਦੇ ਹੈਗੇ ਕਹਿ ਰਹੇ ਨੇ ਇਹ ਤਾਂ ਠੀਕ ਆ ਸਾਰੀ ਗੱਲ ਕਿ ਬਈ ਤੁਸੀਂ ਬੱਚੇ ਦੀ ਭਲਾਈ ਲਈ ਬੱਚੇ ਦਾ ਭਲਾ ਕਰਕੇ ਹੀ ਉਹਨੂੰ ਬਾਹਰ ਭੇਜਦੇ ਹਾਂ ਵੀ ਉਹਦਾ ਮੁਸਤਕਬਿਲ ਬਣ ਜਾਵੇ ਉਹ ਚੰਗੀ ਜਗ੍ਹਾ ਜਾ ਕੇ ਅੱਛੀ ਤਰ੍ਹਾਂ ਆਪਣੇ ਆਪ ਨੂੰ ਬਣਾ ਲਵੇ ਲੇਕਿਨ ਤੁਹਾਨੂੰ ਇਸ ਚੀਜ਼ ਦਾ ਵੀ ਕੋਈ ਅੰਦਾਜ਼ਾ ਹੈ ਕਿ ਵੀ ਬੱਚੇ ਦੇ ਜ਼ਿਹਨ 'ਤੇ ਕੀ ਗੁਜ਼ਰਦੀ ਹੈ ਜਾਂ ਉਹ ਕਿਹੜੇ ਕਿਹੜੇ ਰੌਲੇ 'ਚੋਂ ਗੁਜ਼ਰਦਾ ਉਹਦੇ ਨਾਲ ਉੱਥੇ ਕੀ ਹੁੰਦਾ ਅੱਜ ਢਾਵੇ ਆਪ ਮਸੀਤਾ ਨੂੰ ਸ਼ਾਂਤੀ ਦੀ ਕਹਾਣੀ ਕਿਸੇ ਇੱਕ ਬੱਚੇ ਦੀ ਕਹਾਣੀ ਨਹੀਂ ਇਹ ਸ਼ਾਂਤੀ ਵਰਗੇ ਬਹੁਤ ਸਾਰੇ ਬੱਚਿਆਂ ਦੀ ਕਹਾਣੀ ਹੈ ਜਿਨ੍ਹਾਂ ਨੂੰ ਉਹਨਾਂ ਦੇ ਮਾਂ ਬਾਪ ਕਮਾਈ ਕਰਨ ਲਈ ਬਾਹਰ ਭੇਜ ਦਿੰਦੇ ਨੇ ਪਰ ਇਸ ਗੱਲ 'ਤੇ ਗੌਰ ਨਹੀਂ ਕਰਦੇ ਕਿ ਆਪਣੇ ਘਰ ਅਤੇ ਭੈਣ ਭਾਈਆਂ ਤੋਂ ਦੂਰ ਇਹਨਾਂ ਮਾਸੂਮਾਂ 'ਤੇ ਕੀ ਗੁਜ਼ਰਦੀ ਹੈ ਅਸੀਂ ਆਪਣੇ ਬੱਚਿਆਂ ਨੂੰ ਇਸ ਮੁਸੀਬਤ ਵਿੱਚ ਲੱਖਾਂ ਰੁਪਇਆ ਏਜੰਟਾਂ ਨੂੰ ਦੇ ਕੇ ਪਾਉਂਦੇ ਹਾਂ ਹਾਲਾਂਕਿ ਸਾਡਾ ਪੰਜਾਬ ਇੰਨਾ ਜ਼ਰਖੇਜ਼ ਸੋਹਣਾ ਅਤੇ ਹਰਾ ਭਰਾ ਹੈ ਜਿੱਥੇ ਕੰਮ ਦੀ ਕਮੀ ਨਹੀਂ ਜਿੱਥੇ ਦੂਸਰੇ ਇਲਾਕਿਆਂ 'ਚੋਂ ਲੋਕ ਕੰਮ ਕਰਨ ਆਉਂਦੇ ਨੇ ਜਿੱਥੇ ਦੀ ਮਿੱਟੀ ਵਿੱਚ ਸਭ ਕੁਛ ਹੈ ਮੁਸ਼ਕਲਾਂ ਨਾਲ ਇਕੱਠੇ ਕੀਤੇ ਹੋਏ ਪੈਸੇ ਏਜੰਟਾਂ ਅਤੇ ਸਮੱਗਲਰਾਂ ਨੂੰ ਦੇਣ ਦੀ ਬਜਾਏ ਇਹ ਪੈਸੇ ਅਸੀਂ ਆਪਣੇ ਬੱਚਿਆਂ ਦੀ ਤਾਲੀਮ ਅਤੇ ਤਰਬੀਅਤ 'ਤੇ ਲਾ ਸਕਦੇ ਹਾਂ ਜਾਂ ਇਹਨਾਂ ਨੂੰ ਕਿਸੇ ਕਾਰੋਬਾਰ ਵਿੱਚ ਲਾ ਕੇ ਅਸੀਂ ਆਪਣੇ ਬੱਚਿਆਂ ਦਾ ਮੁਸਤਕਬਿਲ ਵੀ ਬਣਾ ਸਕਦੇ ਹਾਂ ਅਤੇ ਆਪਣੀ ਮੁਆਸ਼ੀ ਹਾਲਤ ਵੀ ਬਿਹਤਰ ਕਰ ਸਕਦੇ ਹਾਂ ਅਸੀਂ ਲੋਕਾਂ ਦੇ ਕਈ ਮੰਜ਼ਿਲਾ ਮਕਾਨਾਂ ਨੂੰ ਵੇਖਦੇ ਹਾਂ ਅਤੇ ਇਹੋ ਜਿਹੇ ਮਕਾਨ ਬਣਾਉਣ ਲਈ ਰਾਤੋਂ ਰਾਤ ਅਮੀਰ ਹੋਣਾ ਚਾਹੁੰਦੇ ਹਾਂ ਅਤੇ ਇਸ ਹਿਰਸ ਲਈ ਆਪਣੇ ਬੱਚਿਆਂ ਨੂੰ ਇਹੋ ਜਿਹੀ ਮੁਸੀਬਤ ਵਿੱਚ ਪਾਉਂਦੇ ਹਾਂ ਜਿੱਥੇ ਉਹ ਲੁਕ ਛੁਪ ਕੇ ਕੰਮ ਕਰਦੇ ਨੇ ਜ਼ਿਆਦਤੀਆਂ ਸਹਿੰਦੇ ਨੇ ਪੁਲਿਸ ਹੱਥੋਂ ਫੜੇ ਜਾਂਦੇ ਨੇ ਘਰ ਵਾਲਿਆਂ ਤੋਂ ਉਦਾਸ ਹੋ ਕੇ ਰੋਂਦੇ ਨੇ ਪਰ ਉਹਨਾਂ ਦੇ ਦੁੱਖ ਸੁਣਨ ਵਾਲਾ ਕੋਈ ਨਹੀਂ ਹੁੰਦਾ ਬੱਚੇ ਸਾਡਾ ਕੱਲ੍ਹ ਨੇ ਇਹ ਸਾਡਾ ਮੁਸਤਕਬਿਲ ਨੇ ਇਹ ਸਾਡੇ ਬੱਚੇ ਨੇ ਅਸੀਂ ਇਹਨਾਂ ਨੂੰ ਦੂਸਰਿਆਂ ਦੇ ਹਵਾਲੇ ਕਿਉਂ ਕਰੀਏ ਜਿਹੜੇ ਸਾਡੇ ਜਿਗਰ ਦੇ ਟੋਟੇ ਨੇ ਅਸੀਂ ਸਮਝੇ ਸਿੱਕੇ ਖੋਟੇ ਨੇ ਅਸੀਂ ਰੁਲ ਮੋਇਆ ਦੀਆਂ ਕਬਰਾਂ ਜੇ ਜਿੱਥੇ ਕੋਈ ਨਾ ਟੀਵਾ ਬੱਲੇ ਨੀ ਮਾਏ ਅਸੀਂ ਤੁਰ ਚੱਲੇ ਨੀ ਮਾਏ ਅਸੀਂ ਤੁਰ ਚੱਲੇ ਨੀ ਮਾਏ ਅਸੀਂ ਤੁਰ ਚੱਲੇ ਤੇਰੇ ਦੇਸ ਚੋਂ ਕੱਲਾ ਕੱਲੇ